ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਆ ਗਏ। ਵਾਹਿਗੁਰੂ 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 ਵਾਹਿਗੁਰੂ। ਪਿਆਰੇ ਆਵਾਜ਼ ਬੜੀ ਢਿੱਲੀ ਆ ਰਹੀ ਹੈ। ਮੇਰੇ ਸਤਿਕਾਰਯੋਗ ਵੀਰ ਜੀ, ਜਿਨ੍ਹਾਂ ਦਾ ਨਾਮ ਲੈਣਾ ਮੇਰੀ ਔਕਾਤ ਨਹੀਂ ਹੈ, ਪਰ ਫਿਰ ਵੀ ਪਹਿਲਾਂ ਤੋਂ ਖਿਮਾ ਮੰਗ ਕੇ ਮੈਂ ਉਹਨਾਂ ਦਾ ਨਾਮ ਲੈ ਰਿਹਾ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖਾਨੇ ਵਾਲੇ, ਅੰਮ੍ਰਿਤ ਵੇਲਾ ਅਤੇ ਨਾਮ, ਆਪਣਾ ਪੂਰਾ ਜੀਵਨ ਸਮਰਪਿਤ ਕੀਤਾ ਉਹਨਾਂ ਨੇ। ਆਓ, ਜਿੱਥੇ ਆਪਾਂ ਗੁਰੂ ਨੂੰ ਯਾਦ ਕਰਨਾ ਹੈ, ਗੁਰੂ ਦੇ ਉਹਨਾਂ ਲਾਲਾਂ ਨੂੰ ਵੀ ਯਾਦ ਕਰਨਾ ਹੈ, ਆਪਣਾ ਆਪ ਜਿਹਨਾਂ ਨੇ ਸਮਰਪਿਤ ਗੁਰੂ ਨੂੰ। ਸਾਰੀ ਸੰਗਤ ਇੱਕ ਦੋ ਵਾਰ ਜਰਾ ਮਿਲ ਕੇ ਆਖੇ ਜੀ, ਕੋਈ ਰਸਨਾ ਵਾਂਝੀ ਨਾ ਰਹੇ ਜੀ, ਗੱਜ ਕੇ ਆਖਣਾ ਜੀ, ਵਾਹਿਗੁਰੂ 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 ਵਾਹਿਗੁਰੂ। ਮੈਂ ਭਾਈ ਸਾਹਿਬ ਜੀ ਦਾ ਇੱਕ ਬਚਨ ਸਾਂਝਿਆਂ ਕਰ ਲਵਾਂ। ਤੁਸੀਂ ਤਾਂ ਗੁਰਮੰਤਰ ਦੀ ਝੜ ਲੈਣੀ ਹੈ, ਸਾਨੂੰ ਝੋਲੀਆਂ ਹੱਡਣ ਦੀ ਜਾਚ ਆ ਜਾਏ। ਪਰਮ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਉਹਨਾਂ ਦਾ ਇੱਕ ਬਚਨ ਯਾਦ ਕਰਕੇ ਗੁਰੂ ਰੂਪ ਸਾਹਿਬ ਸੰਗਤ ਔਰ ਝੋਲੀਆਂ ਅੱਡਣ ਦੀ ਜਾਚ ਸਿੱਖ ਲਈਏ, ਤਾਂ ਜੋ ਝੋਲੀਆਂ ਭਰ ਕੇ ਅੱਜ ਮੇਰੇ ਵੀਰ ਆਏ ਨੇ, ਇਹਨਾਂ ਭਰਨੀਆਂ ਨੇ ਝੋਲੀਆਂ ਭਰ ਕੇ ਕਰ ਲੈ ਜਾਵਾਂਗੇ। ਸਾਰੇ ਬੋਲੋ ਵਾਹਿਗੁਰੂ, ਤੁਹਾਡਾ ਭਲਾ ਹੋਏਗਾ, ਆਖੋ ਵਾਹਿਗੁਰੂ। ਮੈਂ ਨਹੀਂ ਬੋਲਦਾ, ਇਹ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਦੇ ਬਚਨ ਨੇ। ਸਾਰੇ ਬੋਲੋ ਵਾਹਿਗੁਰੂ। ਸਾਰੇ ਕਿਹਾ ਉਹਨਾਂ ਨੇ, ਰਹਿਣਾ ਕੋਈ ਜਾਣਾ, ਸਾਰੇ ਬੋਲੋ ਵਾਹਿਗੁਰੂ, ਤੁਹਾਡਾ ਭਲਾ ਹੋਏਗਾ। ਤੁਹਾਨੂੰ ਪਰਮੇਸ਼ਵਰ ਨੇ ਇੱਥੇ ਭੇਜਿਆ ਹੀ ਇਸ ਲਈ ਹੈ ਕਿ ਬੋਲੋ ਵਾਹਿਗੁਰੂ। ਜਦੋਂ ਕੋਈ ਕਹੇ ਕਿ ਬੋਲੋ ਵਾਹਿਗੁਰੂ, ਤਾਂ ਬੋਲ ਪਿਆ ਕਰੋ ਵਾਹਿਗੁਰੂ 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 ਵਾਹਿਗੁਰੂ। ਆਓ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਸਾਹਿਬਾਂ ਦੀ ਫਤਿਹ ਗਜਾਈਏ ਜੀ, ਫਤਿਹ ਗਜਾਉਣੀ ਹੈ। ਸਾਰੇ ਆਖੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖਾਨੇ ਵਾਲੇ ਅਕਸਰ ਸ਼ਬਦ ਪੜਿਆ ਕਰਦੇ ਸੀ, ਐਸੀ ਕਿਰਪਾ ਮੋਹੇ ਕਰ। ਆਓ ਅੱਜ ਆਪਾਂ ਝੋਲੀਆਂ ਅੱਡੀਏ ਗੁਰੂ ਦੇ ਸਨਮੁਖ। ਗੁਰੂ ਪਾਤਸ਼ਾਹ ਕਿਰਪਾ ਕਰੋ, ਸਰੀਰਕ ਰੂਪ ਦੇ ਵਿੱਚ ਉਹ ਗੁਰੂ ਕੇ ਲਾਲ ਸਾਡੇ ਵਿੱਚ ਨਹੀਂ ਹੈ, ਕੋਈ ਚਿੰਤਾ ਨਹੀਂ। ਆਤਮਕ ਰੂਪ ਦੇ ਵਿੱਚ ਐਸੇ ਗੁਰੂ ਕੇ ਲਾਲ ਹਰ ਉਸ ਅਸਥਾਨ ਤੇ ਹੁੰਦੇ ਨੇ ਜਿੱਥੇ ਗੁਰੂ ਦੀ ਗੱਲ ਕੀਰਤਨ ਦੇ ਰੂਪ ਚ, ਬਾਣੀ ਦੇ ਰੂਪ ਦੇ ਵਿੱਚ, ਕਥਾ ਦੇ ਰੂਪ ਦੇ ਵਿੱਚ ਹੁੰਦੀ ਹੈ। ਆਓ ਆਪਾਂ ਸਾਰੀ ਸੰਗਤ ਮਿਲ ਕੇ ਇੱਕ ਤਰਲਾ, ਇੱਕ ਅਰਦਾਸ ਗੁਰੂ ਦੇ ਅੱਗੇ। ਕੋਈ ਰਸਤਾ ਵਾਂਝੀ ਨਾ ਰਹੇ ਜੀ, ਸਾਰੀ ਸੰਗਤ ਮਿਲ ਜੋੜ, ਝੋਲੀਆਂ ਲਈਏ ਅੱਡ, ਹੱਥ ਲਈਏ ਜੋੜ। ਇੰਨੇ ਗੱਫੇ ਮਿਲਦੇ, ਇੰਨੇ ਗੱਫੇ ਕਿ ਸਾਂਭਦਿਆਂ ਔਖੇ ਹੋ ਜਾਣੇ। ਆਓ ਸਾਰੀ ਸੰਗਤ ਗੁਰੂ ਤੋਂ ਦਇਆ ਦੀ ਦਾਤ, ਮਿਹਰ ਦੀ ਦਾਤ ਮੰਗੀਏ, ਕੋਈ ਰਸਨਾ ਵਾਂਝੀ ਨਾ ਰਹੇ। ਤੁਮ ਕਰੋ ਦਇਆ ਮੇਰੇ ਸਾਈਂ,
करो दया मेरे साथ, करो दया मेरे साथ। सारे मिलके आखिए जी, तुम करो दया मेरे साईं, करो दया मेरे साथ, करो दया मेरे साईं, मेरे साईं। मेरे साईं, मेरे साईं, मेरे साईं, मेरे साईं, करो दया मेरे साथ, करो दया मेरे साईं, तुम करो दया मेरे साथ, करो दया मेरे साथ, करो दया मेरे साथ, तुम करो दया मेरे साथ, करो दया मेरे साथ, करो दया मेरे साथ, तुम करो दया मेरे साथ, करो दया मेरे साथ, करो दया मेरे साथ, तुम करो दया मेरे साथ, करो दया मेरे साथ, करो दया मेरे ऐसी मत थी है मेरे ठाकुर, 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 सदा सदा तुझ प्यारी, सदा सदा तुझ प्यारी, सदा सदा तुझ प्यारी, करो दया मेरे साथ।
ਪੀ ਸੋ ਸੰਤ ਆਖੈ ਪਾਣੀ ਪੱਖਾ ਪੀ ਸੋ ਸੰਤ ਆਖੈ ਪਾਣੀ ਪੱਖਾ ਪੀ ਸੋ ਸੰਤ ਆਖੈ ਪਾਣੀ ਪੱਖਾ ਪੀ ਸੋ ਸੰਤ ਆਖੈ ਹੁਣ ਗੋਬਿੰਦ ਜਸ ਗਾਈ ਹੁਣ ਗੋਬਿੰਦ ਜਸ ਸਾਸ ਮਨ ਨਾਮ ਸਮਾਰ ਸਾਸ ਸਾਸ ਮਨ ਨਾਮ ਸਮਾਰ ਸਾਸ ਸਾਸ ਮਨ ਨਾਮ ਸਮਾਰ ਸਾਸ ਸਾਸ ਮਨ ਨਾਮ ਸਮਾਰ ਇਹ ਬਿਸਰਾਮ ਨਿਤ ਪਾਈ ਇਹ ਬਿਸਰਾਮ ਨਿਤ ਪਾਈ ਇਹ ਬਿਸਰਾਮ ਨਿਤ ਰਾਮ ਨਿਤ ਪਾਈ ਇਹ ਬਿਸ ਰਾਮ ਨਿਤ ਪਾਈ ਕਰੋ ਦਇਆ ਨਿਤ ਪਾਈ ਕਰੋ ਦਇਆ ਵਾਹਿਗੁਰੂ 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 ਵਾਹਿਗੁਰੂ
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਘਾਈ। ਗੁਰੂ ਪਿਆਰਿਓ ਜਦੋਂ ਅੰਮ੍ਰਿਤ ਵੇਲੇ ਜਪਾਂਗੇ ਨਾ, ਅੱਜ ਜਿਵੇਂ ਹੁਣ ਆਪਾਂ ਇੱਕ ਵਾਰੀ ਬੋਲਦੇ ਹਾਂ ਨਾ ਵਾਹਿਗੁਰੂ, ਆਵਾਜ਼ਾਂ ਸੁਣਦੀਆਂ ਨਾ ਸੈਂਕੜੇ, ਭਾਵੇਂ ਇਕੱਲੇ ਬੈਠ ਕੇ ਜਪੀਏ ਫਿਰ ਵੀ ਸੁਣਨਗੀਆਂ। ਇਹ ਇੱਕ ਦਿਨ ਦੀ ਗੱਲ ਨਹੀਂ, ਕੋਈ ਲੱਗੇ ਰਹਾਂਗੇ ਨਾ ਭਾਂਡਾ ਮਾਂਜਣ, ਲੱਗੇ ਰਹਾਂਗੇ ਬਸ ਭਾਂਡਾ ਮਾਂਜਿਆ ਮਾਂਜਿਆ, ਇੱਕ ਦਿਨ ਐਸਾ ਮਾਂਜਿਆ ਜਾਏਗਾ ਚੋਂ ਜਪਾਂਗੇ ਨਾ ਵਾਹਿਗੁਰੂ ਵਾਹਿਗੁਰੂ, ਆਵਾਜ਼ਾਂ ਸੁਣਨਗੀਆਂ ਆਏ ਵਾਪਸ। ਉਹ ਕਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਗੁਰੂ ਪਿਆਰਿਓ? ਅਣਡਿੱਠੀ ਦੁਨੀਆਂ ਦੇ ਵਿੱਚ ਬੈਠੇ ਗੁਰੂ ਕੇ ਉਹ ਲਾਲ ਜਿਹੜੇ ਰੋਜ਼ਾਨਾ ਗੁਰੂ ਦੇ ਚਰਨਾਂ ਦੇ ਵਿੱਚ ਜਪਦੇ ਨੇ, ਜਨਮ ਮਰਨ ਦੇ ਚੱਕਰਾਂ ਤੋਂ ਉੱਤੇ ਕਿਹੜੇ? ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਧੰਨ ਬਾਬਾ ਦੀਪ ਸਿੰਘ, ਉਹ ਰੋਜ਼ਾਨਾ ਜਪਦੇ ਨੇ। ਉਹ ਆਵਾਜ਼ਾਂ ਸੁਣਦੀਆਂ ਜਦੋਂ ਉਹਨਾਂ ਦਾ ਸੰਗ ਹੋਏਗਾ ਨਾ, ਪ੍ਰਾਣੀ ਦ੍ਰਿੜ ਹੋ ਜਾਏਗਾ, ਫਿਰ ਡਰਦਾ ਨਹੀਂ ਮਾੜੀ ਮੋਟੀ ਗੱਲ ਤੋਂ, ਕਿਤੋਂ ਦੁਨੀਆਂ ਤੋਂ ਨਹੀਂ ਡਰਦਾ। ਐਸੇ ਸਾਧਾਂ ਦੀ, ਐਸੇ ਮਹਾਂਪੁਰਸ਼ਾਂ ਦੇ ਜੇ ਦੀਦਾਰ ਕਰਨਾ ਹੈ, ਬਾਬੇ ਨਾਨਕ ਦਾ ਕਥਨ ਕਿਹੜਾ? ਅੰਮ੍ਰਿਤ ਵੇਲਾ ਸੱਚ ਨਾਮ, ਆਵਾਜ਼ ਬੜੀ ਚੱਲੀ ਆ ਰਹੀ ਗੱਜ ਗਜਰਾ, ਅੰਮ੍ਰਿਤ ਵੇਲਾ ਸੱਚ ਨਾਮ। ਤੇ ਗੁਰੂ ਪਿਆਰੇ ਜਦੋਂ ਆਪਾਂ ਅੰਮ੍ਰਿਤ ਵੇਲਾ ਸੰਭਾਲ ਲਿਆ ਨਾ, ਦਰਸ਼ਨ ਹੋਣਗੇ। ਤੇ ਜਦੋਂ ਵੀ ਅੰਮ੍ਰਿਤ ਵੇਲੇ ਜਾਗੀਏ, ਇਸ਼ਨਾਨ ਕਰੀਏ, ਨਿਤਨੇਮ ਕਰਕੇ ਨਾ ਝੋਲੀ ਅੱਡੀਏ, ਮਨ ਚ ਆਹ ਵਾਲੀ ਤਾਂਘ ਰੱਖੀਏ, ਕਿਹੜੀ? ਆਓ ਸਾਰੀ ਸੰਗਤ ਜਰਾ ਉਹਨਾਂ ਸਾਧਾਂ ਦੇ, ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਲਈ ਅਰਦਾਸ ਕਰਿਆ ਕਰੀਏ। ਕਿਵੇਂ? ਆਓ ਸਾਰੇ ਕਰੀਏ ਜੀ। ਹਮ ਸਾਜਨਾ ਕਾ ਕੀੜਾ, ਹਮ ਸਾਜਨਾ ਕਾ ਕੀੜਾ, ਹਰ ਹਰ ਮੈਲ ਮੈਲ ਜਨ ਸਾਧੂ, ਹਰ ਹਰ ਮੈਲ ਮੈਲ ਜਨ ਸਾਧੂ, ਹਰ ਹਰ ਮੈਲ ਮੈਲ ਜਨ ਸਾਧੂ, ਹਰ ਹਰ ਮੈਲ ਮੈਲ ਜਨ ਸਾਧੂ। ਕਰੀਅਰ ਦਾ ਸਾਰੇ ਹਮ ਸਾਜਨਾ ਕਾ ਕੀੜਾ, 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 ਕੀੜਾ।
ਜਲਾਦਾ ਨੂੰ ਕਹਿ ਰਹੇ ਨੇ ਜਲਾਦਾ ਨੂੰ ਉਹ ਭਾਈ ਜਲਾਦੋ ਜਰਾ ਜੰਮ ਕੇ ਥੱਲੇ ਨੂੰ ਜ਼ੋਰ ਲਾ ਕੇ ਆਰਾ ਚਲਾਓ ਇੱਕ ਜਣਾ ਅੱਗੋਂ ਫੜੋ ਇੱਕ ਜਣਾ ਪਿੱਛੋਂ ਜਰਾ ਦੱਬ ਕੇ ਆਰਾ ਚਲਾਓ ਆਨੰਦ ਆਵੇ ਅੰਦਰ ਧੁਨ ਵੱਜਦੀ ਹੈ ਕਿਹੜੀ ਧੁਨ ਪੀੜਾ
साकत बंद पै है माया बिक संचय लाए जकीड़ा हर के अर्थ खर्च नह सके जमकाल सहै सिर पीड़ा जिन हर अर्थ शरीर लगाया गुरसाधु बस सरदा लाए मुख धूड़ा हलत पलत हर सोपा पावा हर रंग लगा मन गूड़ा हलत पलत हर सोपा पावे 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 जन नानक प्रीत लगी प्रीत लगी ओ प्रीत लगी प्रीत लगी प्रीत लगी नानक प्रीत लगी पग साध गुर मिल साधु पाठा हर मन मुंडा हर रंग लगा रंग लगा रंग लगा रंग लगा रंग लगा Thank you.
ਸਮਾਂ ਵੀ ਘੱਟ ਹੈ ਇੱਕ ਅੱਧੇ ਮਿੰਟ ਲਈ ਆਪਾਂ ਸਾਰੀ ਸੰਗਤ ਜੋ ਵਰਖਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖਾਨੇ ਵਾਲੇ ਪੂਰੀ ਦੁਨੀਆ ਦੇ ਵਿੱਚ ਕਰਕੇ ਗਏ ਨਾ ਨਾਮ ਦੀ ਵਰਖਾ ਉਹ ਵਰਖਾ ਆਪਾਂ ਨੇ ਅੰਮ੍ਰਿਤ ਵਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਅਤੇ ਗੁਰੂ ਪਿਆਰੋ ਐਸੀ ਵਰਖਾ ਹੋਵੇ ਨਾ ਜਿਹੜੇ ਦੂਜੇ ਫੁੱਲ ਹੁੰਦੇ ਨੇ ਨਾ ਕੁਦਰਤੀ ਫੁੱਲ ਜਾਂ ਕਾਗਜ਼ਾਂ ਦੇ ਫੁੱਲ ਅੱਜ ਹੈ ਕੱਲ੍ਹ ਨੂੰ ਨਹੀਂ ਲੇਕਿਨ ਐਸੀ ਵਰਖਾ ਹੋਵੇ ਐਸੀ ਵਰਖਾ ਹੋਵੇ ਪਤਾ ਲੱਗ ਜਾਏ ਕਿ ਭਾਈ ਸਾਲ ਪੂਰਾ ਨਾ ਆਨੰਦ ਰਹੇ ਇਸ ਵਰਖਾ ਦਾ ਆਉਂਦੇ ਸਾਲ ਤੱਕ ਇਹ ਵਰਖਾ ਅੰਦਰ ਨਾ ਬਸ ਵਸੀ ਰਹੇ ਤਾਂ ਐਸੀ ਵਰਖਾ ਕਰਨੀ ਹੈ ਇੱਕ ਅੱਧ ਮਿੰਟ ਉਪਰੰਤ ਆਪਾਂ ਸੋਦਰ ਦੀ ਚੌਂਕੀ ਸਾਰੀ ਸੰਗਤ ਨੇ ਮਿਲ ਕੇ ਕੋਈ ਰਸਤਾ ਵਾਂਝੀ ਨਾ ਰਹੇ ਜੀ ਸਾਚ ਨਾਮ ਕੀ ਅੰਮ੍ਰਿਤ ਵਰਖਾ ਅਤੇ ਗੁਰੂ ਪਿਆਰੋ ਐਸੀ ਵਰਖਾ ਕਰਿਓ ਐਸੀ ਵਰਖਾ ਦੂਰ ਦੁਰਾਡੇ ਤੱਕ ਪਤਾ ਲੱਗ ਜਾਏ ਇੱਕ ਵਾਰ ਅੰਮ੍ਰਿਤ ਵਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਭਾਈ ਸਾਹਿਬ ਜਿੱਥੇ ਵੀ ਜਾਂਦੇ ਸੀ ਐਸੀ ਵਰਖਾ ਆਓ ਸਾਰੇ ਅੰਮ੍ਰਿਤ ਵਰਖਾ ਅੰਮ੍ਰਿਤ ਵਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਅੰਮ੍ਰਿਤ ਵਰਖਾ ਅੰਮ੍ਰਿਤ ਵਰਖਾ